ਉਹਦੀ ਅੱਖਾਂ 'ਤੇ ਪਤਾ ਨਹੀਂ ਕੈਸੀ ਪੱਟੀ ਬੰਨਣੀ ਹੈ ਤਾਂ ਪ੍ਰਧਾਨ ਮੰਤਰੀ ਜਾਂ ਦੱਸ ਸਕਦੇ ਸਾਨੂੰ ਨਹੀਂ ਪਤਾ ਅੱਜ ਤਾਂ ਉਹਦੀਆਂ ਅੱਖਾਂ ਖੁੱਲ੍ਹਣ ਆਏ ਆ ਬਾਬੇ ਗੋਬਿੰਦ ਸਿੰਘ ਦੇ ਜਾਏ ਆ ਤਾਈਓ ਵੱਖਰੇ ਦੁਨੀਆ 'ਤੇ ਆਏ ਆ ਜੇ ਨਸ਼ੇੜੀ ਹੁੰਦੇ ਉਹ ਟਾਣੇ ਟਾਣੇ ਜਿਹੜੇ ਪੱਥਰ ਸੀ ਖਿੱਚ ਕੇ ਪਾਸੇ ਕਰਦੇ ਕਿਵੇਂ ਕਰਦੇ ਉਹ ਵੀ ਕਾਨੂੰਨ ਪੂਰੇ ਵਾਪਸ ਕਰੋ ਨੇ ਇਹਨੇ ਡੱਬਾ ਖਾਲੀ ਨਹੀਂ ਰਹਿਣ ਦੇਣਾ ਇਹ ਬੰਦੇ ਦਾ ਕੋਈ ਦੁਆਰ ਨਹੀਂ ਡੱਬੇ 'ਚ ਫਿਰ ਕੋਈ ਗੰਦ ਨਾ ਪਾ ਦੇਵੇ ਲਗਾਤਾਰ ਦਿੱਲੀ ਦੇ ਵਿੱਚ ਅੱਜ 22ਵਾਂ ਦਿਨ ਹੈ ਪ੍ਰਦਰਸ਼ਨ ਕਰਨ ਨੂੰ ਅਤੇ ਅਸੀਂ ਸ਼ੰਭੂ ਬੈਰੀਅਰ ਦੇ ਉੱਤੇ ਪਹੁੰਚੇ ਹੋਏ ਹਾਂ ਅਤੇ ਇੱਕ ਕਿਸਾਨ ਬਜ਼ੁਰਗ ਵੱਲੋਂ ਜੋ ਬੇੜੀਆਂ ਪਾ ਕੇ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਦਰਸ਼ਨ ਸਿੰਘ ਔਜਲਾ ਫਤਿਹਗੜ੍ਹ ਸਾਹਿਬ ਤੋਂ ਆਏ ਜੀ ਪਿੰਡ ਸਾਡਾ ਕਾਰਪੁਰਾ ਤੁਸੀਂ ਬੇੜੀਆਂ ਪਾਈਆਂ ਹੋਈਆਂ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਬੇੜੀਆਂ ਸੀ ਬਗੈਰ ਸਾਡੇ ਹੱਥਾਂ 'ਚ ਮੋਦੀ ਸਾਹਿਬ ਨੇ ਬੇੜੀਆਂ ਪਾ ਦਿੱਤੀਆਂ ਚਾਬੀ ਫੜਾ ਦਿੱਤੀ ਮੋਦੀ ਅਤੇ ਅੰਬਾਨੀ ਨੂੰ ਚਾਬੀਆਂ ਅਬਾਨੀ ਤੇ ਡਾਲੀ ਸਾਹਮਣੇ ਦਿੱਤੀਆਂ ਸਾਡਾ ਚਾਬਾ ਬੇੜੀਆਂ ਖੋਲ ਦੇਣ ਅਸੀਂ ਸ਼ਾਮ ਨੂੰ ਘਰ ਜਾਵਾਂਗੇ ਅਸੀਂ ਤਾਂ ਕੰਮ ਫਤਿਹ ਕਰਕੇ ਜਾਣਾ ਉਦੋਂ ਮੇਰਾ ਨਹੀਂ ਜਾਣਾ ਜਿਵੇਂ ਪਹਿਲੇ ਇਕੱਲਾ ਪੰਜਾਬ ਸੀਗਾ ਹੁਣ ਤਾਂ ਕਾਫੀ ਸਟੇਟਾਂ ਹੁਣ ਨਹੀਂ ਹੁਣ ਤਾਂ ਕਾਫੀ ਸਟੇਟਾਂ ਵੀ ਨਾਲ ਰਲ ਚੁੱਕੀਆਂ ਹਰਿਆਣਾ ਯੂਪੀ ਬਿਹਾਰ ਵੀ ਆ ਚੁੱਕਾ ਆ ਮਤਲਬ ਕਿ ਇੱਕ ਹਿਸਾਬ ਦਾ ਪੂਰਾ ਦੇਸ਼ ਇਕੱਠਾ ਹੋ ਚੁੱਕਾ ਹੈ ਇਸ ਪ੍ਰਦਰਸ਼ਨ ਸਾਡੇ ਨਾਲ ਸਾਰੇ ਮੁਲਕ ਦਾ ਕਿਸਾਨ ਸਾਡੇ ਨਾਲ ਪਰ ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਕਾਨੂੰਨ ਸਾਡੇ ਖਿਲਾਫ ਹੈ ਸਿਰਫ ਮੋਦੀ ਨੂੰ ਹੀ ਨਹੀਂ ਪਤਾ ਲੱਗ ਰਿਹਾ ਉਹਦੀ ਅੱਖਾਂ 'ਤੇ ਪਤਾ ਨਹੀਂ ਕੈਸੀ ਪੱਟੀ ਬੰਨਣੀ ਹੈ ਤਾਂ ਪ੍ਰਧਾਨ ਮੰਤਰੀ ਜੀ ਦੱਸ ਸਕਦੇ ਸਾਨੂੰ ਨਹੀਂ ਪਤਾ ਅੱਜ ਤਾਂ ਉਹਦੀਆਂ ਅੱਖਾਂ ਖੋਲ੍ਹਣ ਆਏ ਆ ਜੋ ਛੜਦੇ ਸਿੰਘ ਜਕਾਰੇ 237 ਸਾਲ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਥੇ ਚੜ੍ਹਾਈ ਦਿੱਲੀ 'ਤੇ ਫਤਿਹ ਕਰ ਗਏ ਸੀ ਕੰਮ ਉਹ ਫਿਰ ਮਾਹੌਲ ਆ ਗਿਆ ਹੁਣ ਜਿਵੇਂ ਪਹਿਲੇ ਪੰਜਾਬ ਦੇ ਯੂਥ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ ਪਰ ਸਭ ਤੋਂ ਜ਼ਿਆਦਾ ਪੰਜਾਬ ਦਾ ਯੂਥ ਹੀ ਸਭ ਤੋਂ ਜ਼ਿਆਦਾ ਪੰਜਾਬ ਦਾ ਯੂਥ ਹੀ ਇਸ ਪ੍ਰਦਰਸ਼ਨ ਦੇ ਵਿੱਚ ਸਾਹਮਣੇ ਆਇਆ ਉਹ ਨਸ਼ੇੜੀ ਨਹੀਂ ਸੀਗਾ ਥੋੜ੍ਹਾ ਸਾਹਮਣੇ ਖੜ੍ਹਾ ਦੱਸੋ ਕਿਹਦਾ ਨਸ਼ਾ ਕੀਤਾ ਕੋਈ ਹੈ ਬੰਦਾ ਇੱਕ ਵੀ ਨਹੀਂ ਹੈ ਇਹ ਗਲਤ ਹਵਾ ਪੰਜਾਬ ਨੂੰ ਬਦਨਾਮ ਕਰਨ ਦੀ ਖਾਤਰ ਸਾਡਾ ਜਿਹੜਾ ਵਜੂਦ ਆ ਕਰਨ ਦੀ ਖਾਤਰ ਉਹ ਲਾਈ ਗਿਆ ਬਿਲਕੁਲ ਝੂਠ ਆ ਸਾਡੇ ਮੁੰਡੇ ਨਸ਼ੇੜੀ ਨਹੀਂ ਆ ਦੇਖੋ ਫਿਰਦੇ ਆ ਦਿੱਲੀ ਦੇ ਸੱਤਾ ਦੇ ਜੇ ਨਸ਼ੇੜੀ ਹੁੰਦੇ ਉਹ ਟਾਣੇ ਟਾਣੇ ਜਿਹੜੇ ਪੱਥਰ ਸੀ ਖਿੱਚ ਕੇ ਪਾਸੇ ਕਰਦੇ ਕਿਵੇਂ ਕਰਦੇ ਉਹ ਨਸ਼ੇੜੀ ਨਹੀਂ ਹੈ ਗਲਤ ਤੋਂ ਬੋਲਿਆ ਕੀ ਲੱਗਦਾ ਹੈ ਕਿ ਕਿੰਨਾ ਕੁ ਲੰਬਾ ਇਹ ਪ੍ਰਦਰਸ਼ਨ ਚੱਲੂਗਾ ਜਿੰਨਾ ਵੀ ਚੱਲੇ ਫਤਿਹ ਨਾਲ ਅਸੀਂ ਵਾਪਸ ਨਹੀਂ ਜਾਣਾ ਚਲ ਮੋਦੀ ਸਾਹਿਬ ਦੇ ਮਨ 'ਚ ਇੱਕ ਵਹਿਮ ਸੀਗਾ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਥੋੜ੍ਹੇ ਦਿਨ ਇੱਥੇ ਪ੍ਰਦਰਸ਼ਨ ਕਰਨਗੀਆਂ ਰੋਟੀ ਨਹੀਂ ਖਾਣਗੀਆਂ ਤਾਂ ਵਾਪਸ ਚਲੇ ਜਾਣਗੀਆਂ ਪਰ ਕਿਸਾਨ ਜਥੇਬੰਦੀਆਂ ਲਈ ਉੱਥੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਮੈਡੀਕਲ ਫੈਸਿਲਿਟੀ ਵੀ ਹੈ ਲਾਇਬ੍ਰੇਰੀ ਵੀ ਬਣਾਈ ਗਈ ਸਾਰਾ ਇੰਤਜ਼ਾਮ ਇੱਥੇ ਕਰ ਦਿੱਤਾ ਗਿਆ ਸਾਡੇ ਬੱਚੇ ਕਹਿੰਦੇ ਘਰ ਜੀ ਨਹੀਂ ਲੱਗਦਾ ਅਸੀਂ ਇੱਥੇ ਕਦੋਂ ਆਈਏ ਵਾਪਸ ਤੁਸੀਂ ਵਾਪਸ ਅਸੀਂ ਆਉਣਾ ਇੱਥੇ ਸਾਡਾ ਜੀ ਜੀ ਤਿਆਰ ਬੈਠਾ ਸਾਰਾ ਪੰਜਾਬ ਇੱਥੇ ਆਜੂ ਅੱਜ ਅਸੀਂ ਜਥੇ ਸਮੇਤ ਪਹੁੰਚੇ ਹਾਂ ਪਿੱਛੇ ਅਸੀਂ ਜਿਹੜੇ ਨਗਰਾਂ ਦੇ ਵਿੱਚ ਜਿੱਥੇ ਤੇ ਕੋਈ ਹੁੰਦਾ ਸੀ ਕਿਸਾਨ ਯੂਨੀਅਨ ਦਾ ਸਮਾਂ ਉੱਥੇ ਅਸੀਂ ਬਿਤਾਉਂਦੇ ਰਹੇ ਹਾਂ ਅਤੇ ਜਦੋਂ ਮੈਂ ਆਪ ਜੀ ਦੇ ਚੈਨਲਾਂ ਤੋਂ ਵੇਖਿਆ ਵੀ ਜਿਹੜੇ ਬੱਚੇ ਨੇ ਨਿੱਕੇ ਨਿੱਕੇ ਉਹਨਾਂ 'ਤੇ ਇੰਨਾ ਵੱਡਾ ਉਤਸ਼ਾਹ ਜਿਹੜੇ ਅੱਜ ਨੌਕਰੀਆਂ ਛੱਡ ਕੇ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਸਾਨੂੰ ਅੰਦਰ ਜਾਗ ਲੱਗੀ ਵੀ ਸਾਡਾ ਉਹਨਾਂ ਚਿਰ ਸਫਲਾ ਨਹੀਂ ਹੋਣਾ ਜੀਵਨ ਜਿੰਨਾ ਚਿਰ ਅਸੀਂ ਇਸ ਸੰਘਰਸ਼ ਵਿੱਚ ਨਹੀਂ ਆਉਂਦੇ ਅੱਜ ਅਸੀਂ ਆਏ ਹਾਂ ਸਾਨੂੰ ਇਹ ਵੇਖ ਕੇ ਸ਼ਾਹ ਨੂੰ ਬਹੁਤ ਵੱਡੀ ਖੁਸ਼ੀ ਹੋਈ ਜੋ ਮੋਦੀ ਸਰਕਾਰ ਏ ਮੋਦੀ ਸਰਕਾਰ ਨੇ ਉਹਨੂੰ ਉਹਨੇ ਭਾਵੇਂ ਪਹਿਲਾਂ ਜਿਹੜੇ ਗਲਤ ਕੰਮ ਕੀਤੇ ਨੇ ਉਹ ਲੋਕ ਬੋਲੇ ਨਹੀਂ ਗਏ ਉਹਨਾਂ ਵਿੱਚ ਮੈਂ ਆਪ ਜੀ ਦੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਜ਼ਰੂਰੀ ਕਰਨਾ ਚਾਹੁੰਦਾ ਵੀ ਮੋਦੀ ਸਰਕਾਰ ਨੇ ਜਦੋਂ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਹਨੇ ਰਾਤੋਂ ਰਾਤ ਨੋਟਬੰਦੀ ਕਰ ਦਿੱਤੀ ਨੋਟਬੰਦੀ ਦੀ ਕੋਈ ਜ਼ਰੂਰਤ ਨਹੀਂ ਸੀ ਜੇ ਨੋਟਬੰਦੀ ਕਰਨੀ ਹੁੰਦੀ ਇਹਨੇ ਕੀਤੀ ਅਤੇ ਜਿਹੜਾ ਕਰੋੜਾਂ ਦੇ ਅਰਬਾਂ ਰੁਪਈਆ ਜਿਹੜਾ ਲੋਕਾਂ ਦੇ ਕੋਲ ਕਾਲਾ ਧਨ ਸੀ ਉਹ ਕੋਈ ਵਾਪਸ ਨਹੀਂ ਹੋਇਆ ਸਾਡਾ ਉਦੇਸ਼ ਬਹੁਤ ਵੱਡਾ ਖੁਸ਼ਹਾਲ ਹੋ ਸਕਦਾ ਸੀ ਇਹਨੇ ਨੋਟਬੰਦੀ ਕਰਨ ਦੇ ਵਿੱਚ ਹੋਇਆ ਕਿ ਵੀ ਜਿਹੜਾ ਜ਼ਿਮੀਂਦਾਰ ਦਾ ਪੈਲੀ ਦਾ ਜਿਹੜਾ 30 ਲੱਖ ਦਾ ਕਿੱਲਾ ਸੀ ਨੋਟਬੰਦੀ ਹੋਣ ਦੇ ਵਿੱਚ ਇੰਨੀ ਤੰਗੀ ਆ ਗਈ ਵੀ ਉਹ ਕਿੱਲਾ ਉਹਦਾ 10-12 ਲੱਖ ਦਾ ਰਹਿ ਗਿਆ ਫਿਰ ਇਹਨਾਂ ਨੇ ਚਾਲਾਂ ਪਹਿਲਾਂ ਕਿਹੜੀਆਂ ਚੱਲੀਆਂ ਨੋਟਬੰਦੀ ਤੋਂ ਇਹ ਸਰਕਾਰਾਂ ਜਿਹੜੀਆਂ ਜ਼ਿਮੀਂਦਾਰ ਅਤੇ ਇੱਕ ਜਿਹੜਾ ਆੜ੍ਹਤੀਆ ਸੀ ਉਹਦੇ ਆਪਸੀ ਸੰਬੰਧ ਭੈਣਾਂ ਭਰਾਵਾਂ ਵਾਲੇ ਬਣੇ ਸੀ ਰਾਤ ਨੂੰ ਅੱਧੀ ਰਾਤ ਵੀ ਮਾਜ ਮਾਰੇ ਅਤੇ ਉਹਦੀ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਸੀ ਪਰ ਇਹਨਾਂ ਨੇ ਕੀਤਾ ਵੀ ਜ਼ਿਮੀਂਦਾਰ ਨੂੰ ਆਖਿਆ ਵੀ ਤੂੰ ਪੈਲੀ ਦੇ ਕਰਜ਼ਾ ਲੈ ਲਾ 50,000 ਦਾ ਕਰਜ਼ਾ ਸ਼ੁਰੂ ਕੀਤਾ ਕਿੱਲੇ ਦਾ ਫਿਰ ਉਸ ਤੋਂ 1-2 ਲੱਖ 3 ਲੱਖ ਰੁਪਈਏ ਦਾ ਕਰਜ਼ਾ ਦੇਣਾ ਕਰ ਦਿੱਤਾ ਲੋਕਾਂ ਨੇ ਪੈਸੇ ਲਏ ਕੁਛ ਲੋਕਾਂ ਨੇ ਗਲਤ ਥਾਵਾਂ 'ਤੇ ਵੀ ਕਿਉਂ ਮੈਂ ਕਿਹਾ ਗਲਤ ਥਾਵਾਂ ਸਾਨੂੰ ਇਹ ਰਾਜਨੀਤੀ ਮਾੜੀ ਸੀ ਉਹ ਜਿਹੜੇ ਪੈਸੇ ਕੋਈ ਘਰਾਂ ਵਿੱਚ ਵਰਤੇ ਗਏ ਕੁਛ ਇੰਨੀ ਉੱਤੋਂ ਮਹਿੰਗਾਈ ਆ ਗਈ ਵੀ ਅਸੀਂ ਕਰਜ਼ਾ ਲਾ ਨਹੀਂ ਸਕਦੇ ਸਾਂ ਸਰਕਾਰਾਂ ਨੇ ਲਾਰੇ ਦਿੱਤੇ ਵੀ ਅਸੀਂ ਜ਼ਿਮੀਂਦਾਰ ਦਾ ਜਿਹੜਾ ਕਰਜ਼ਾ ਉਹ ਵਾਪਸ ਕਰਾਵਾਂਗੇ ਪਰ ਹੋਇਆ ਨਾ ਅਤੇ ਪੰਜਾਬ ਦੀ ਇੱਕ ਧਰਤੀ ਪੂਰੇ ਭਾਰਤ ਦੀ ਧਰਤੀ ਦੇ ਵਿੱਚ ਲੋਕਾਂ ਨੇ ਫਾਹੇ ਲਏ ਆਪ ਜੀ ਨੂੰ ਪਤਾ ਹੈ ਵੀ ਉਹ ਫਾਹੇ ਲੈ ਕੇ ਕਿੰਨੀਆਂ ਹੋਈਆਂ ਇਹਨਾਂ ਦੇ ਬਿਲਕੁਲ ਇਹਨਾਂ ਦੇ ਕੋਈ ਉਹਦਾ ਉਹ ਹੋਇਆ ਨਹੀਂ ਗਾ ਅਸਰ ਨਹੀਂ ਹੋਇਆ ਉਸ ਤੋਂ ਬਾਅਦ ਹੋਇਆ ਕਿ ਜਦੋਂ ਪਰਜਾ ਚੜ੍ਹ ਗਿਆ ਸਾਡੇ 'ਤੇ ਅਤੇ ਸਾਡੇ 'ਤੇ ਨੋਟਬੰਦੀ ਹੋ ਗਈ ਜਿਹੜਾ ਅੱਜ ਮਹਿੰਗਾਈ ਵਧੀ ਏ
ते जिमीदार का किला अच्छ 50 लाख का जो होना चाहिए वो क्यों अच्छ 12-15 लाख का किला है। जे 50 लाख का किला हों अच्छ 4 किले पै लीए वो अद्धा किला वेच के तो 25 लाख का कर्जा ला सकता सी, जे अच्छ 12 लाख का किला है तो 3 किले पैली वेचूगा तो रोटी कितों खावेगा। ये सरकार दिया व्योतबंदियां दी ने, इन लोगों को गरीब किया जाए, गरीब करके इन्हों के उत्ते राज किया जाए। पर अज वो किसान जथेबंदियां जिहड़ियां बहुत पुराने समय तो लड़दियां हो रही सी नहीं ते उन्हां दा लोग थोड़ा थोड़ा साथ देंदे सी, पर अज की होया अज इन्हें काले कानून किए ते उन्हां दे सामने ठोक के एडा वड्डा जवाब इन्हां योधिया ने दिता। जिहड़े 31-32 योधे गए ने, जिहड़े पूरे भारत ने कह दिता भी जो ये फैसला करनगे सानू मंजूर है, देशों के विदेशों की धरती ने कह दिता भी तुहाडे फैसले सही ने, मोदी नूं लाणतां आउण लग गईआं। वो फैसले किहड़े जिहड़े 3 काले कानून बनाए, उन्हां कानूनां दे विच इन्हां ने उन्हां नूं वरंट करा दिता, उन्हां नूं कह दिता भी वह मन गई मोदी सरकार भी असीं इह कानून सारे गलत ने, हुण साडी इक्को ही इज्जत रह गई है भी तुसीं कानून अहीं सारे वापस कर देने आ पर इहदा नां ना वापस किया जाए, भाव डब्बा रह जाए खाली। तो लोग जिहड़े निक्के निक्के मैं बच्चों नूं पुछिआ, वह बच्चे कहिंदे भी बिलकुल नहीं हो सकता भी कानून पूरे वापस कराने ने, डब्बा खाली नहीं रहन देना, ये बंदे का कोई द्वार नहीं डब्बे फिर कोई गंद ना पा दे। अज साडा जिहड़ा संघर्ष है अज कल्ले पंजाब की गल नहीं, हरियाणे की गल नहीं, अज देशों ते विदेशों की धरती ते उत्थों दीआं ये बख्शां ते पूरे भारत की जिहड़े लोग ने अज जिहड़े ने एक ये वंडा पाउणियां चाहुंदे सन भी ये सिख ने ये लोगों का प्यार नहीं करते ये हिंदुआं दे, बिल्कुल नहीं। अज हिंदू होवे सिख होवे मुसलमान होवे एक प्लेट प्रम से खुर गया गुरु पातशाह जी के बख्शिश ये भजन हैं बाणी के महाराज जी कहना अवल अल्लाह नूर पाया कुदरत दे सब बंदे एक नूर ते सब जुग जा कौन भले कौन मंदे। ये सारियां नूं गुरु ने गलवकड़ी विच लै लिया है ते सारियां संगतां नूं आस है 100% भी जिहड़ा मोदी ये गलती मन गया। मैं मोदी नूं बेनती करना चाहुंदा प्यार नाल, मोदी साहब जे तैनूं पता लगा तू इन्ना ही कह सकदा है भी जिहड़े मेरे अफसर सी मेरे नाल दे सी मैनू तां पता नहीं, ना मैं खेती कीती ना मैं जिमीदारां दे विच गया ना मैं विआह पर, मैनू पता नहीं बच्चे किवें पालदे ने किवें पोसदे ने, ते ये गलती हुई ते मैं इन्हां नूं ये वापस करना चाहुंदा। इहदी जित प्राप्त हो सकती है किसानां दी जित, मोदी दी जित, दोहां दी बराबर होवेगी। जे ये अड़ी ते रहा ते महाराज दी बाणी ने फरमान किया है मारे राखे एको आम रोशके कछु नहीं आस, मारन वाला भी हो ते रखण वाला भी हो, मैं आपां सारयां ने इत्थों दुनिया तो कुछ कर जाना है पर जिहड़े चंगे काम ने वह सदा ही ना रहणगे। साडी ते इहो बेनती भी मोदी साहब तू सियाणा बंदा है तेरा भाषण बड़ा वधिया है, तू एक दिन कहना सै भी जे जिमीदार ने मझ रखी तो जिहड़ा उहदा दुध है वह दुध ही उन्होंने लैना, उन्हें मझ का मालक नहीं बन जाना। वह जिमीदार खेतीबाड़ी करे सप्पा दियां सिरियां मिदे ते जिहड़ी उहदी फसल है वह तू कखां दे भाव वपारियां नूं वेच देवें, उन्हें पैली तो की करना जी उहदी आमदन जी उहदा खाण पीता नहीं। जे तू वधिया काम करना तू दूनी कमाई करना चाहुंदा है तू 2-3 गल्लां कर ला, मैं वादा नहीं कहिंदा भी तू इत्थों ही सिद्धांत लै ला शहर दे विच्चों ही भी तू ऐ कर भी जिहड़ा पूरा भारत इन्नी बिजली सारी माफ़ कर दे जां 2 रुपये कर दे तू तू हस्पतालां दा जिहड़ा तेरा जिहड़े लोग ने हस्पतालां दे विच 40-50 हज़ार रुपया लाउंदे ते कई वार वह बचदे नहीं, तू हस्पतालां दी सारी जिहड़ी है वह सेवा दे रूप विच कर दे फ्री कर दे। जिहड़े स्कूल असीं 40-40 हज़ार रुपया बच्चों नूं पढ़ा देने आ साडे कोल पैसा नहीं गा कोई, बिल्कुल असीं आपदा टाइम पास मजा करते हाँ, तू पढ़ाई की पता तेनू सीसा लग जाणगियां और तेनू ये पता भी आपां सारे कूचे तो कर जाना है, पर जे तू ये 4 काम भी कर दे ते तेरा जिहड़ा ना बड़ा नाम वधिया रहेगा भी मोदी तू वो काम किते जिहड़े दिल्ली विच गुरु पातशाह महाराज जी बख्शिश होई टोडर मल ने किते होर गुरु दे प्यारियां ने किते तेरा उन्हां दे विच ना आ सकता है। असीं तां इहो कहांगे भी तू सीधे राह लग जा, आ जिहड़ी जनता आई है इन्हां दी आवाज़ राह दें दी इन्हां दी जिहड़ी हो कोई अजे तां तैनूं इह कहिंदे ही ने, पर जे एक गरीब बंदे ते अत्याचार होवे पैरी साध संग जी जे उहदी हाए लग जावे ते उह पूरी तुर दिक्कत उह खत्म कर दिंदी है। ये तैनूं इन्हां जिमीदारां दी तैनूं मजदूरां दी तैनूं दुकानदारां दी तेनू नौकरी पेशे वालों अज नौकरी पेशा अगे 20-30 हज़ार रुपया अच्छ 5-7 हज़ार रुपया कोई पेंशन नहीं,
ਇਹ ਜਿਹੜੇ ਕਾਨੂੰਨ ਤੋਂ ਬਣਾਏ ਨੇ ਵਪਾਰਕ ਧੰਦੇ ਨਾਲ ਜੋੜ ਦਿੱਤੇ, ਇਹ ਵਪਾਰੀਆਂ ਵੀ ਇੱਥੋਂ ਚਲੇ ਜਾਣਾ ਹੈ, ਆਪਾਂ ਵੀ ਚਲੇ ਜਾਣਾ, ਤੂੰ ਚੰਗਾ ਬਣ ਕੇ ਵਪਾਰੀਆਂ ਨੂੰ ਕਹਿ ਵੀ ਜੋ ਪਿੱਛੇ ਹੋ ਗਿਆ ਹੋ ਗਿਆ, ਅੱਜ ਤੇਰੀ ਜਿੱਤੇ, ਅਤੇ ਜੇ ਤੂੰ ਇਹ ਕੰਮ ਨਾ ਕਰੇ ਅਸੀਂ ਤਾਂ ਅਸੀਂ ਅਰਦਾਸ ਕਰਦੇ ਹਾਂ, ਅਤੇ ਇਹ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਆਈਆਂ ਹੋਈਆਂ ਸੰਗਤਾਂ ਲੰਗਰ ਪਾਣੀ, ਗੁਰੂ ਦੀਆਂ ਸੇਵਾਵਾਂ, ਸੰਗਤਾਂ ਨੂੰ ਦੋਨੇ ਹੱਥ ਜੋੜ ਕੇ ਪ੍ਰਸ਼ਾਦਾ ਛਕਾਉਂਦੀਆਂ ਨੇ, ਇੱਥੇ ਜੋ ਵੀ ਰਸਤਾਂ ਬਸਤਾਂ ਆਉਂਦੀਆਂ ਨੇ, ਪਿਆਰੀ ਸਾਧ ਸੰਗਤ ਜੀ, ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ 20 ਰੁਪਈਆਂ ਦਾ ਭੋਜਨ ਉਹ ਅੱਜ ਇੱਥੇ ਵਰਤਿਆ ਜਾ ਰਿਹਾ ਹੈ। ਸੰਗਤਾਂ ਬਾਣੀ ਪੜ੍ਹਦੀਆਂ ਨੇ, ਸੰਗਤਾਂ ਸ਼ਬਦ ਗਾਉਂਦੀਆਂ ਨੇ, ਨੌਜਵਾਨ ਵੀਰ ਬੜੇ ਪ੍ਰੇਮ ਅਤੇ ਸਿਧਾਂਤ ਦੇ ਨਾਲ ਇੱਥੇ ਇਸ ਦੁਪਹਿਰੇ ਇੱਥੇ ਦੇ ਰਹੇ ਨੇ। ਇੱਥੇ ਬਿਲਕੁਲ ਹੋਰ ਕੋਈ ਗੱਲ ਨਹੀਂ, ਇੱਕੋ ਗੱਲ ਹੈ, ਸਾਡੇ ਜਿਹੜੇ ਤਿੰਨ ਜਿਹੜੇ ਤੂੰ ਕਾਨੂੰਨ ਬਣਾਏ ਨੇ, ਤੂੰ ਮੰਨ ਗਿਆ ਗਲਤ, ਇਹਨੂੰ ਤੂੰ ਰੱਦ ਕਰ ਦੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਬਾਕੀ ਗੱਲ ਤਾਂ ਐਂ ਜੀ, ਵੇਖੋ ਯੂਥ ਦੀ ਗੱਲ ਕਰਦੇ ਹਾਂ ਕਿ ਇਹ ਕਹਿੰਦੇ ਨੇ ਵੀ ਠੰਡ ਦਾ ਟਾਈਮ ਹੈ, ਐਵੇਂ ਉਵੇਂ ਇਹਨਾਂ ਨੇ ਤੁਰ ਜਾਣਾ ਜਾਂ ਇਹ ਕਰ ਲੈਣਾ ਉਹ ਕਰ ਲੈਣਾ। ਬਾਬੇ ਗੋਬਿੰਦ ਸਿੰਘ ਦੇ ਜਾਏ ਹਾਂ ਤਾਈਓ ਵੱਖਰੇ ਦੁਨੀਆਂ 'ਤੇ ਆਏ ਹਾਂ, ਉਹ ਸਾਨੂੰ ਪਛਾਣ ਦੱਸਣ ਦੀ ਲੋੜ ਨਹੀਂ, ਧਾਰ ਖੰਡੇ ਦੀ ਵਾਂਗ ਬਣਾਏ ਹਾਂ, ਧਾਰ ਖੰਡੇ ਦੀ ਵਾਂਗ ਬਣਾਏ ਹਾਂ। ਬੋਲੇ ਸੋਨੇ ਹਾਲ, ਇਹ ਵਹਿਮ ਹੈ ਕਿ ਠੰਡ ਪਈ ਹੈ, ਲੰਗਰ ਬਾਬੇ ਨਾਨਕ ਦਾ ਚੱਲਿਆ, ਚੱਲਦਾ ਰਹਿਣਾ, ਜੁਗਾ ਜੁਗਾ ਟੱਲ ਚੱਲਦਾ ਰਹਿਣਾ, ਇਹ ਨਹੀਂ ਕਦੇ ਹਾਰਨਾ, ਔਰ ਅਸੀਂ ਫਤਿਹ ਕਰਕੇ ਜਾਵਾਂਗੇ। ਆ ਯੂਥ ਖਲੋਤਾ ਸਾਰਾ ਪੰਜਾਬ ਦਾ, ਸਾਰੇ ਕਹਿੰਦੇ ਸਾਰੇ ਫਤਿਹ ਕਰਕੇ ਜਾਵਾਂਗੇ, ਐਂ ਨਹੀਂ ਜਾਂਦੇ, ਜੋ ਮਰਜ਼ੀ ਹੋ ਜੇ। ਸੋ ਬਿਲਕੁਲ ਜਿਵੇਂ ਅਸੀਂ ਇਹਨਾਂ ਨਾਲ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਜਦ ਤਾਈ ਕਿਸਾਨ ਜਥੇਬੰਦੀਆਂ ਦੀਆਂ ਸ਼ਰਤਾਂ ਮੰਨ ਕੇ ਕੇਂਦਰ ਸਰਕਾਰ ਜੋ ਇਹ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਇਹ ਧਰਨੇ ਪ੍ਰਦਰਸ਼ਨ ਇੱਦਾਂ ਹੀ ਜਾਰੀ ਰਹਿਣਗੇ, ਬਿੱਲ ਇੱਥੋਂ ਵਾਪਸ ਕਰਵਾ ਕੇ ਹੀ ਜਾਇਆ ਜਾਏਗਾ। ਸ਼ੰਭੂ ਬੈਰੀਅਰ ਤੋਂ ਕੈਮਰਾਮੈਨ ਸਾਜਨ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਉਮੀਦ ਦੀ ਆਖਰੀ ਕਿਰਨ, ਮੀਆਂ ਰਹਿਮਤ ਅਲੀ, ਵਸ਼ੀਕਰਨ ਸਪੈਸ਼ਲਿਸਟ, ਹਰ ਜਗ੍ਹਾ ਤੋਂ ਨਿਰਾਸ਼ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਸਪੈਸ਼ਲਿਸਟ, ਲਵ ਮੈਰਿਜ, ਲੋਟਰੀ ਨੰਬਰ, ਪਤੀ ਪਤਨੀ ਚ ਅਨਵਨ, ਮਨ ਚਾਹ ਪਿਆਰ, ਸੱਸ ਨੂੰ ਦਾ ਕਲੇਸ਼, ਨੌਕਰੀ ਕਾਰੋਬਾਰ ਚ ਘਾਟਾ, ਕੋਰਟ ਕਚਹਿਰੀ, ਕਰਜ਼ੇ ਤੋਂ ਛੁਟਕਾਰਾ, ਕਿੱਤਾ ਕਰਾਇਆ, ਸ਼ੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਪੀ ਆਰ ਲਈ ਸੰਪਰਕ ਕਰੋ। ਵਰਲਡ ਫੇਮਸ ਮੀਆਂ ਰਹਿਮਤ ਅਲੀ, ਮੋਬਾਈਲ ਨੰਬਰ +91 7872 4565।